ਇਹ ਜੀ ਉਹ ਕਾਤਿਲ ਹੈ ਜਿਸਨੇ 40 ਸਾਲਾ ਸ਼ਖਸ ਕੋ ਪਹਿਲੇ ਇੰਜੈਕਸ਼ਨ ਲਗਾਇਆ ਉਸਕੇ ਬਾਅਦ ਉਸਕੋ ਜ਼ਿਬਾ ਕੀਤਾ ਉਸਕੇ ਬਾਅਦ ਨਹਿਰ ਮੇਂ ਫੇਂਕ ਦਿਆ ਤੈ ਨਗਰਦਾ ਸੀ ਹਾਂਜੀ ਜ਼ਨਾਹ ਕਰਦਾ ਰਿਹਾ ਮੇਰੇ ਨਾਲ ਉਸ ਰਾਤ ਅਸੀਂ ਸੁੱਤੇ ਸਾਂ ਤੇ ਉਹਨੇ ਕਿਹਾ ਮੈਨੂੰ ਯਾਰ ਲੱਤ ਦਰਦ ਹੋ ਰਹੀ ਹੈ ਮੈਂ ਟੀਕਾ ਲਵਾਣਾ ਤੇ ਮੈਂ ਉਹਨੂੰ ਨਸ਼ੇ ਦਾ ਇੰਜੈਕਸ਼ਨ ਲਾਇਆ ਰੱਖਿਆ ਕਿਦਾ ਸੀ ਰੱਖਿਆ ਉਹਦਾ ਸੀ ਜਿਹੜਾ ਕਤਲ ਹੋਇਆ ਸਾਹਾਂ ਸਦਾ ਖਤਮ ਕਰ ਦਿੱਤਾ ਇਸ ਤਰ੍ਹਾਂ ਕਿ ਛੋੜੀ ਨਾਲ ਜ਼ਬਾਹ ਕਰ ਦਿੱਤਾ लेकिन कतल करना हाल सी हाल कतल करना ही सी अलक नाजी मैं हूँ अक्सर आका मैं समझ नहीं भट्टी और आप देख रहे हैं देखो टी वी पहले चालीस साल के शख्स को इंजेक्शन लगाया नशे वाला उसके बाद उसको ज़िबा करके बोरी में बंद करके नहर में फेंक दिया इतनी बेदर्दी के साथ इस शख्स ने कत्ल किया कतल क्यों किया कतल इस वक्त मेरे साथ मौजूदा बात करते हैं ऐसे असल ਸਲਾਮ ਯੂ ਨੋ ਮੈਂ ਕਾ ਸਰਤਨਿਹਰ ਕਾ ਸਰ ਕੀ ਕਰਨਾ ਹੈ ਮੈਡੀਕਲ ਸਟੋਰ ਦਾ ਕੰਮ ਕਰਨਾ ਕਿੰਨੀ ਦੇਰ ਤੋ ਕਰ ਤੈਨ 4 ਸਾਲ 5 ਸਾਲ ਤੋ ਕਿਉਂ ਯਾਰ ਉਸ ਬੰਦੇ ਨੂੰ ਤੂੰ ਮਾਰ ਦਿੱਤਾ ਅਡੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਉਹਨੂੰ ਦੋ ਇੰਜੈਕਸ਼ਨ ਲਾਇਆ ਫਿਰ ਤੂੰ ਉਹਨੂੰ ਜ਼ਿਬਾ ਕੀਤਾ ਫਿਰ ਤੂੰ ਉਹਨੂੰ ਨਹਿਰ ਦੇ ਵਿੱਚ ਸੋਟਾਇਆ ਕੀ ਵਜ੍ਹਾ ਬਣ ਗਈ ਸੀ ਭਾਈ ਅਸੀਂ ਪਹਿਲੇ ਦੋਸਤ ਸਾਂ ਦੋਵੇਂ ਬਹੁਤ ਅੱਛੇ ਤੇ ਉਹ ਦੋਸਤੀ ਦੇ ਵਿੱਚ ਫਿਰ ਗਲਤ ਕੰਮ ਹੋ ਹੀ ਆ ਗਿਆ ਗਲਤ ਕੰਮ ਮਸਲਾਂ ਗਲਤ ਕੰਮ ਮਸਲਾਂ ਜਨਾਬ ਕਰ ਚੋ ਤੈਨ ਨ ਕਰਦਾ ਸੀ ਹਾਂਜੀ ਜਨਾਹ ਕਰਦਾ ਰਿਹਾ ਮੇਰੇ ਨਾਲ ਐਸਾ ਐਸਾ ਜਿਵੇਂ ਸ਼ੌਰ ਪੈਦਾ ਹੋਇਆ ਫਿਰ ਮੈਂ ਉਹਨੂੰ ਐਵੇਂ ਸਮਝਾਉਂਦਾ ਰਿਹਾ ਕਿ ਭਾਈ ਇਹ ਕੰਮ ਛੱਡ ਦੇ ਗਲਤ ਕੰਮ ਠੀਕ ਹੈ ਪਿਆਰ ਨਾਲ ਵੀ ਸਮਝਾਇਆ ਕੋਈ ਥੋੜਾ ਸਖਤੀ ਨਾਲ ਸਮਝਾਇਆ ਉਹਨੇ ਆ ਗਿਆ ਤੈਨ ਮੈਂ ਬਲੈਕਮੇਲਿੰਗ ਕਰਨ ਲੱਗ ਪਿਆ ਕਿ ਮੈਂ ਤੇਰੇ ਘਰ ਪਹੁੰਚ ਜਾਵਾਂਗਾ ਤੇਰੇ ਮੈਂ ذلیل ਕਰ ਦਿਆਂਗਾ ਮਾ ਤੇਰਾ ਪੋਲ ਖੋਲ ਦੇ ਆਂ ਤੇਰੇ ਦੋਸਤਾਂ ਦੇ ਸਾਹਮਣੇ ਤੇਰੇ ਘਰ ਦੇਆਂ ਦੇ ਸਾਹਮਣੇ ਉਹ ਫਿਰ ਮੈਂ ਕਿਹਾ ਇਹਨੇ ਤਾਂ ਨਹੀਂ ਜੋ ਮੁਰਨਾ ਹੈਗਾ ਫਿਰ ਮੈਨੂੰ ਮਜਬੂਰ ਹੋਣਾ ਕੰਮ ਕਰਨਾ ਪਿਆ ਫਿਰ ਇਸ ਤਰ੍ਹਾਂ ਕੀਤਾ ਯਾਨੀ ਕਿ ਤੂੰ ਘਰ ਗੱਲ ਕਰ ਲੈਂਦਾ ਘਰ ਨਹੀਂ ਕਿ ਦੱਸਿਆ ਘਰ ਨਹੀਂ ਕਿ ਮੇਰੇ ਘਰ ਦੇਆਂ ਨੂੰ ਨਾ ਮੇਰੇ ਦੋਸਤਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਆ ਕਿ ਮੇਰਾ ਹੁੰਦਾ ਕੋਈ ਤੱਲਕ ਵੀ ਹੈਗਾ ਕਿ ਨਹੀਂ ਇਹ ਕਿ ਮਲੇਦਾਰ ਨਹੀਂ ਸੀ ਮਲੇਦਾਰ ਸੀ ਲੇਕਿਨ ਉਹ ਮਕਾਨ ਵੇਚ ਕੇ ਤੇ ਚਲਾ ਗਿਆ ਸੀ ਉਥੋਂ ਕਾਰੇ ਉਹ ਘਾਰੇ ਉਹਦੀ ਬੇਗਮ ਰਹਿੰਦੀ ਸੀ ਆਪ ਇਥੇ ਲਾਹੌਰ ਰਹਿੰਦਾ ਸੀ ਰਾਣਾ ਟਾਊਨ ਜਿਹੜਾ ਤੁਹਾਨੂੰ ਬਲੈਕਮੇਲ ਕਰਦਾ ਸੀ ਤੇ ਫਿਰ ਤੂੰ ਪੁਲਿਸ ਵਾਲਿਆਂ ਨੂੰ ਆ ਕੇ ਦੱਸ ਦਿੰਦਾ ਘਰ ਵਾਲਿਆਂ ਨੂੰ ਦੱਸ ਦਿੰਦਾ ਬਸ ਪੁਲਿਸ ਦਾ ਮੇਰੇ ਖਿਆਲ ਹੀ ਨਹੀਂ ਆਇਆ ਕਿ ਪੁਲਿਸ ਨਾਵੇਂ ਉਸ ਵਕਤ ਮੇਰੇ ਜੈਨ ਚੋਸ਼ ਵੀ ਨਹੀਂ ਆਇਆ ਮੈਂ ਆਗਾ ਚਲੋ ਗੱਲ ਮੁੱਕ ਜਾਏਗੀ ਲੇਕਿਨ ਨਹੀਂ ਮੁੱਕੀ ਉਹ ਫਿਰ ਉਸ ਰਾਤ ਅਸੀਂ ਉਹ ਕੁਆਟਰ ਲਿਆ ਸੀ ਉਹਨੇ ਕਿਰਾਏ ਤੇ ਰਾਣਾ ਟਾਊਨ ਉਸ ਰਾਤ ਅਸੀਂ ਸੁੱਤੇ ਸੀ ਆਂ ਤੇ ਉਹਨੇ ਕਿਹਾ ਮੈਨੂੰ ਯਾਰ ਲੱਤ ਦਰਦ ਹੋ ਰਹੀ ਹੈ ਮੈਂ ਟੀਕਾ ਲਵਾਣਾ ਤੇ ਮੈਂ ਉਹਨੂੰ ਨਸ਼ੇ ਦਾ ਇੰਜੈਕਸ਼ਨ ਲਾਇਆ ਉਸ ਤੋਂ ਬਾਅਦ ਉਹਨੂੰ ਉਹ ਦੇ ਰਖਸ਼ਾ ਬਾਹਰ ਖੜਾ ਸੀ ਰਖਸ਼ੇ ਦੇ ਉਹਨੂੰ ਬਿਠਾਇਆ ਮਤਲਬ ਹਲਕੇ ਲਗੀ ਹੋਈ ਸੀ ਟੁਰ ਫਿਰ ਸਕਦਾ ਹੈ ਲੇਕਿਨ ਇਹ ਨਹੀਂ ਸੀ ਪਤਾ ਕਿ ਹੋ ਕੀ ਰਿਹਾ ਕੀ ਹੋ ਰਿਹਾ ਉਹਨੇ ਤਾਂ ਨਹੀਂ ਕਿਹਾ ਮੈਨੂੰ ਨਸ਼ਾ ਇੰਜੈਕਸ਼ਨ ਲਾ ਦੇ ਖੁਦ ਕਿਹਾ ਨਹੀਂ ਉਹਨੇ ਕਿਹਾ ਮੈਨੂੰ ਯਾਰ ਲੱਗ ਦਰਦ ਹੋ ਰਿਹਾ ਮੈਂ ਮੈਨੂੰ ਕੋਈ ਟੀਕਾ ਲਾ ਦੇ ਡਿਕਲੋਡਾਨ ਵਗੈਰਾ ਦਾ ਕੋਈ ਟੀਕਾ ਲਾ ਦੇ ਮੈਨੂੰ ਮੈਨੂੰ ਠੀਕ ਹੋ ਜਾਵਾਂਗਾ ਮੈਂ ਤੇ ਉਹ ਮੈਨੂੰ ਤੇ ਪਤਾ ਸੀ ਮੈਂ ਨਸ਼ੇ ਦਾ ਟੀਕਾ ਲਾਣਾ ਫਿਰ ਮੈਂ ਨਸ਼ੇ ਦਾ ਟੀਕਾ ਲਾਇਆ ਉਹਨੂੰ ਰਕਸ਼ੇ ਤੇ ਬਿਠਾਇਆ ਫਿਰ ਮੈਂ ਉਹਨੂੰ ਖਾਨਪੁਰ ਨਹਿਰ ਤੇ ਲੈ ਗਿਆ ਹੂੰ ਖਾਨਪੁਰ ਨਹਿਰ ਤੇ ਲਾ ਜਾ ਕੇ ਉਹਨੂੰ ਲਟਾ ਕੇ ਮਜ਼ਬਾ ਕੀਤਾ ਜ਼ਬਾ ਕਰਕੇ ਮੈਂ ਉਹਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ اچھا ਜਦੋਂ ਇੰਜੈਕਸ਼ਨ ਲਾਇਆ ਉਸ ਟਾਈਮ ਉਹ ਬੇਹੋਸ਼ ਹੋ ਗਿਆ ਬੇਹੋਸ਼ ਹੋ ਗਿਆ ਬਿਲਕੁਲ ਖਾਨਪੁਰ ਨਹਿਰ ਤੇ ਰਕਸ਼ੇ ਤੇ ਲੈ ਗਿਆ ਖਾਨਪੁਰ ਨਹਿਰ ਤੇ ਰਕਸ਼ੇ ਤੇ ਬਿਠਾ ਕੇ ਲੈ ਗਿਆ ਮਾ ਰਕਸ਼ਾ ਕਿਦਾ ਸੀ ਰਕਸ਼ਾ ਉਹਦਾ ਸੀ ਜਿਹੜਾ ਕਤਲ ਹੋਇਆ ਉਸ ਤੋਂ ਬਾਅਦ ਮੈਨੂੰ ਸੁੱਟ ਦਿੱਤਾ ਜ਼ਬਾ ਕਰਕੇ ਉਹ ਕਲੇਗਿਆਂ ਉਸ ਟਾਈਮ ਉਹਦੀ ਜਾਨ ਨਿਕਲ ਗਈ ਸੀ ਨਹੀਂ ਉਹਦੋਂ ਸਾਹਸ ਤੇ ਲੈ ਰਿਆ ਸੀ ਲੇਕਿਨ ਮੈਂ ਸਾਹਸ ਦਾ ਖਤਮ ਕਰ ਦਿੱਤਾ ਇਸ ਤਰ੍ਹਾਂ ਕਿ ਛੁੜੀ ਨਾਲ ਜ਼ਬਾਹ ਕਰ ਦਿੱਤਾ ਕਿਸ ਤਰ੍ਹਾਂ ਯਾਨੀ ਗਰਦਨ ਤੇ ਗਰਦਨ ਤੇ ਹਾਂਜੀ ਮੈਂ ਸਾਹਸ ਵਾਲੀ ਨਾਲੀ ਸਿਰਫ ਕੱਟੀ ਹੋਰ ਕੋਈ ਨਹੀਂ ਮਤਲਬ ਮਾਰੀ ਇਹ ਸਾਹਸ ਵਾਲੀ ਨਾਲੀ ਕੱਟ ਕੇ ਉਹਨੂੰ ਮਾਰ ਦਿੱਤਾ ਸੌੜ ਦਿੱਤਾ ਸੌੜ ਦਿੱਤਾ ਦੇਖਿਆ ਨਹੀਂ ਯਾਨੀ ਕਿ ਕਿਸੇ ਨੇ ਨਹੀਂ ਦੇਖਿਆ ਮਨ ਉਸ ਟਾਈਮ ਕਿੰਨੇ ਕ ਦਾ ਟਾਈਮ ਸੀ ਕੋਈ 2 2.5 ਦਾ ਟਾਈਮ ਸੀ ਉਸ ਵਕਤ ਰਾਤ 2 2.5 ਦਾ ਹਾਂਜੀ ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਤੇ ਫੇਰ ਕਿੱਥੇ ਚਲਾ ਗਿਆ ਬਾਅਦ ਉਹਨੂੰ ਛੱਡ ਦਿੱਤਾ ਤੇ ਫੇਰ ਮੈਂ ਉਹ ਸੁਰੱਖਿਅਤ ਇਹੰਦਾ ਉਹ ਕੁਆਟਰ ਦੇ ਬਾਹਰ ਹੁੰਦੇ ਰੱਖਿਆ ਉਹਨੂੰ ਜਿੱਥੋਂ ਲੈ ਗਿਆ ਜਿੱਥੋਂ ਲੈ ਕੇ ਆਂਦਾ ਮੈਂ ਸਵੇਰ ਹੋਈ ਤੇ ਮੈਂ ਉੱਥੋਂ ਕਾਰ ਚਲਾ ਗਿਆ ਆਪਣੇ ਉਸ ਤੋਂ ਬਾਅਦ ਫਿਰ ਕਾਰਵੇ ਸ਼ੁਰੂ ਹੋ ਗਈ ਮੇਰੇ ਘਰ ਦੇ ਨਾਲ ਪੁੱਛਿਆ ਕਿੱਥੇ ਗਿਆ ਮੈਨੂੰ ਪੁੱਛਿਆ ਕਿੱਥੇ ਗਿਆ ਤੇ ਇਹਨੂੰ ਪਤਾ ਹੋਣਾ ਤੂੰ ਹੁੰਦੇ ਨਾਲ ਉੱਟਦਾ ਪੈਣਾ ਕਿ ਤੂੰ ਉਹਨੂੰ ਮਾਰ ਗਿਆ ਆਪਣੇ ਕੋਈ ਘਾਰ ਹੀ ਯਾਨੀ ਕਿ ਕੰਮਸ਼ਮ ਕਰਦਾ ਰਿਹਾ ਆਪਣੇ ਆਮ ਰੁਟੀਨ 'ਚ ਔਰ ਉਹਦੇ ਘਰ ਦੇ ਅੰਦਰ ਖਾਸ ਦੇ ਦਿੱਤੀ। ਦਰਖਾਸਤ ਦੇ ਦਿੱਤੀ ਵਿੱਚ ਮੇਰਾ ਨਾਮ ਲੇ ਦਿੱਤਾ, ਮੇਰਾ ਨੰਬਰ ਸ਼ੰਬਰ ਦੇ ਦਿੱਤਾ। ਉਸ ਟਾਈਮ ਪੁਲਿਸ ਵਾਲਿਆਂ ਨੇ ਫਿਰ ਡਾਟਾ ਕਢਾਇਆ ਮੇਰੇ ਮੋਬਾਈਲ ਦਾ। ਫਿਰ ਉਸ ਸਬੂਤ ਮਿਲ ਗਿਆ ਨਾ ਉਹਨੂੰ। ਸਾਰੀ ਗੱਲ ਇਹ ਕਤਲ ਹੈ ਨਾ, ਕਤਲ ਤੇ ਛੁਪਦਾ ਨਹੀਂ ਆ। ਉਹ ਵੀ ਨਹੀਂ ਸੋਚਿਆ ਨਾ ਤੇਰੇ ਐਵੇਂ ਤੇ ਤੇਰੇ ਪਿੱਛੇ ਲੱਗੇ ਹੋਏ ਸੀ ਨਾ। ਕਾਨੂੰਨ ਤੇ ਫਿਰ ਤੇਰੇ ਪਿੱਛੇ ਇਹ ਸੋਚਿਆ ਨਹੀਂ ਆ ਕਿ ਤੂੰ ਇੱਕ ਇਨਸਾਨ ਨੂੰ ਐਡੀ ਬੇਦਰਦੀ ਨਾਲ ਕਤਲ ਕਰ ਦਿੱਤਾ ਹੈ। ਤੂੰ ਘਰਦਿਆਂ ਨੂੰ ਕਹਿਆ ਤੂੰ ਥਾਨੇ ਆਇਆ ਤੂੰ ਉਹਨਾਂ ਨੂੰ ਦੱਸ ਕੇ ਆ ਮੈਨੂੰ ਬਲੈਕਮੇਲ ਕਰਦਾ ਲੇਕਿਨ ਕਤਲ ਕਰਨਾ ਹਲ ਸੀ ਹਲ ਕਤਲ ਕਰਨਾ ਹੀ ਸੀ ਕੋਈ ਸ਼ਰਮਿੰਦਗੀ ਨਹੀਂ ਅਸਲਾਵਾ ਕੋਈ ਹਾਲ ਨਹੀਂ ਸੀਗਾ ਨਹੀਂ ਸ਼ਰਮਿੰਦਗੀ ਕੋਈ ਨਹੀਂ ਪਛਤਾਵਾ ਕੋਈ ਨਹੀਂ ਪਛਤਾਵਾ ਪਛਤਾਵਾ ਨਦਮਤ ਕੋਈ ਨਹੀਂ ਇਸ ਚੀਜ਼ ਦਾ ਹੀ ਕਿ ਫੜਿਆ ਗਿਆ ਹੋਰ ਕੋਈ ਪਛਤਾਵਾ ਨਹੀਂ ਹੈਗਾ ਕਿਉਂਕਿ ਉਹ ਮਾਸੂਮ ਨਹੀਂ ਸੀ ਨਾ ਹੈਗਾ ਬੁਰਾ ਗਾਰ ਸੀ ਅੱਛਾ ਹਾਂ ਜੀ ਪਰ ਤੂੰ ਮਾਸੂਮ ਸਾਂ ਜਦੋਂ ਤੂੰ ਯਾਨੀ ਕਿ ਉਹਦੇ ਨਾਲ ਟਾਈਮ ਸਪੈਂਡ ਕਰਨਾ ਸਾਂ ਜਦੋਂ ਮਾਸੂਮ ਨਹੀਂ ਸੀ ਤੀ ਤੂੰ ਛੱਡਦੇ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਲੇਕਿਨ ਬਲੈਕਮੇਲਿੰਗ ਜੋ ਕਰਦਾ ਬਲੈਕਮੇਲਿੰਗ ਤੂੰ ਕਰ ਦੱਸ ਦੇ ਨਹੀਂ ਮੈਂ ਦੱਸਿਆ ਮੈਂ ਕਿਹਾ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਹੁਣ ਤੇ ਫਿਰ ਹੁਣ ਤੇ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਪਤਾ ਚੱਲ ਹੁਣ ਤੇ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਹੁਣ ਤੇ ਹਰ ਬੰਦਾ ਦੇਖ ਰਿਹਾ ਤੈਨੂੰ ਇਹ ਕਿ ਹੁਣ ਮੈਂ ਵੀ ਤਾਂ ਕਿਸਮਤ ਨਾਲ ਹੀ ਬਾਹਰ ਜਾਵਾਂਗਾ ਨਾ ਸਾਰੀ ਗੱਲ ਇਹ ਉਹ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਰਹੇਗਾ ਤੈਨੂੰ ਪਤਾ ਤੇਰੇ ਪਿੱਛੇ ਜਿਹੜੇ ਯਾਨੀ ਕਿ ਭੈਣ ਭਰਾ ਨੇ ਤੇਰੀ والدہ ਨੇ ਉਹਨਾਂ ਦਾ ਕੀ ਹਾਲ ਹੈ ਤੂੰ ਤੇ ਆਪਣੇ ਤਰਫੋਂ ਕਹਿ ਰਹੀ ਮੈਨੂੰ ਕੋਈ ਸ਼ਰਮਿੰਦਗੀ ਨਹੀਂ ਖੁਦ ਤੇ ਤੂੰ ਇੱਥੇ ਮਜ਼ੇ ਨਾਲ ਆ ਤੈਨੂੰ ਤਾਂ ਰੋਟੀ ਵੀ ਮਿਲ ਰਹੀ ਹੈ ਹਰ ਚੀਜ਼ ਕਰ ਰਿਆ ਨਾ ਰਿਆ ਤੋ ਰਿਆ ਕਪੜੇ ਪਾ ਰਿਆ ਹਰ ਕੰਮ ਕਰ ਰਿਆ ਲੇਕਿਨ ਤੇਰੇ ਪਿੱਛੇ ਜਿਹੜੇ ਨੇ ਉਹਨਾਂ ਦਾ ਤੈਨੂੰ ਇਹਸਾਸ ਹੈ ਵੇ ਸਹਸਾ ਹੈ ਅੱਲਾਹ ਉਨ੍ਹਾਂ ਨੂੰ ਸਬਰ ਦੇਗਾ ਇਨਸ਼ਾ ਅੱਲਾਹ ਬਾਗੁਨਾ ਦਨ ਵਾਲੇ ਪਹਿਲੇ ਸੋਚਣਾ ਸੀ ਨਾ ਚੀਜ਼ ਨਹੀਂ ਸੋਚਿਆ ਵਾਸਤਾ ਦਾ ਨਦਮਤ ਆਇਆ ਪਛਤਾਵਾ ਹੈ पछतावा हो रहा है जी लेकिन ये काम पहले कर लेने चाहिए अब जज्बात में आगे गुस्से में आगे इसने अपने आप को जनाब अब इसने अपने दरअसल इसने उसका कत्ल नहीं किया इसने अपने बहन भाइयों का अपनी वालदा का इसने अपने जो पिछले इसके इसने उनका कत्ल कर दिया है अब तो ये तो जेल की सलाखों के पीछे है अब ये जनाब जाएगा अब वहाँ पर इसको रोटी मिलेगी खाना मिलेगा नहाएगा धोएगा अपनी सफाई करेगा न... और यानी कि अपने आप को तो ये ठीक है अब जो इसके पीछे हैं उनका सोचेंगे वो किस हाल में ज़िंदगी गुजारेंगे अब वो किसके दर पर जाएंगे किसका जाकर दरवाज़ा खटखटाएँगे ये सोचना चाहिए और दूसरे नंबर पर इसमें इसमें सबसे ज़्यादा क्रेडिट हम देते हैं पुलिस वालों को क्योंकि हम लोग इनके अगेंस्ट ही सोशल मीडिया पे कमेंट सेक्शन में मैसेज लिख देते हैं इसके पीछे कानून की बड़ी मेहनत होती है ये सारी सारी रात ये जवान जागते हैं सारी सारी रात जागते हैं फिर जाके ऐसे 302 के जो मुजरिम हैं उनको पकड़ते हैं फिर उन, उनको हम आपके सामने पेश करते हैं आपको दिखाते हैं तो ये सूरत हाल गुस्से गुस्सा हराम है कोई भी बात हो उसको बैठ के जरगा बिठाएं उसके अंदर बैठ के मामला हल करें कत्ल हल नहीं होता तो यार नाजर ये सूरत हाल है जी ये स्टोरी आपको दिखाना बहुत जरूरी थी ਔਰ ਕਮੈਂਟ ਸੈਕਸ਼ਨ ਮੇ ਆਪਣੀ ਰਾਏ ਜ਼ਰੂਰ ਕਾਜੀ ਕੀਜੇਗਾ ਆਪਣੇ ਮੇਜ਼ਬਾਨ ਨਵੀਂ ਭੱਟੀ ਕੋ ਦਿਜੀਏ ਇਜਾਜ਼ਤ ਔਰ ਦੇਖਤੇ ਰਹੀਏ ਦੇਖੋ ਟੀਵੀ